ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਮਿਲਣਾ ਤੇ ਵਿਛੜਨਾ ਦਾ ਬਾਕੀ ਦਾ ਹਿੱਸਾ ਵਿਛੜਨਾ ਕਿਸੇ ਵੀ ਪੱਖੋਂ ਸੁਖਦਾਈ ਨਹੀਂ ਹੁੰਦਾ ਇਸੇ ਕਰਕੇ ਵਿਦਾਇਗੀ ਸਮੇਂ ਅਸੀਂ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਵਿਛੜਨ ਵਾਲੇ ਨਾਲ ਮੁੜ ਮਿਲਣ ਦੀ ਥਾਂ ਰੱਖ ਕੇ ਵਿਛੜਦੇ ਹਾਂ ਮਿਲਣ ਵਿੱਚ ਨਿgg ਹੈ ਜ਼ਿੰਦਗੀ ਦੀ ਰੌਣਕ ਹੈ ਜਿਨ੍ਹਾਂ ਲੋਕਾਂ 'ਚ ਮਿਲਣ ਦਾ ਹੁਨਰ ਹੁੰਦਾ ਉਹ ਬਧੇਰੇ ਆਸਵੰਦ ਉਸਾਰੂ ਸੋਚ ਵਾਲੇ ਭਵਿੱਖ ਮੁਖੀ ਤੇ ਨਿੱਗੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਬਧੇਰੇ ਲੋਕਾਂ ਨਾਲ ਸਾਡਾ ਮੇਲ ਮਿਲਾਪ ਹੁੰਦਾ ਹੈ ਉਨ੍ਹੀ ਸਾਡੀ ਸਿਹਤ ਠੀਕ ਰਹਿੰਦੀ ਹੈ ਉਮਰ ਵੱਦੀ ਹੈ ਬਿਮਾਰ ਹੋਣ ਲਈ ਵਕਤ ਹੀ ਨਹੀਂ ਲੱਭਦਾ ਮਿਲਣ ਨਾਲ ਪਰਮ ਭੁਲੇਖੇ ਦੂਰ ਹੁੰਦੇ ਹਨ ਆਤਮ ਵਿਸ਼ਵਾਸ ਵੱਧ ਹੈ ਖੁਸ਼ਹਾਲੀ ਆਉਂਦੀ ਹੈ ਸਦ ਭਾਵਨਾ ਨਾਲ ਆਮਦਨ ਤੇ ਵਸੀਲਿਆਂ ਦੀ ਘਾਟ ਦੇ ਬਾਵਜੂਦ ਜੀਵਨ ਸੁਖਾਲਾ ਹੋ ਜਾਂਦਾ ਹੈ ਹਿੰਮਤ ਬਣੀ ਰਹਿੰਦੀ ਹੈ ਮੇਲ ਮਿਲਾਪ ਨਾਲ ਉਤਸ਼ਾਹ ਮਿਲਦਾ ਹੈ ਸਵੇਰੇ ਸਾਡੇ ਦਿਲ 'ਚ ਲੋਕਾਂ ਨੂੰ ਮਿਲਣ ਦਾ ਉਤਸ਼ਾਹ ਹੁੰਦਾ ਹੈ ਇਹ ਉਤਸ਼ਾਹ ਕਾਰਨ ਨਾਸ਼ਤਾ ਸਾਦਾ ਹੋਣ ਦੇ ਬਾਵਜੂਦ ਭਰਪੂਰ ਤਸੱਲੀ ਵਾਲਾ ਹੁੰਦਾ ਹੈ ਜਦੋਂ ਕਿ ਰਾਤ ਨੂੰ ਦਿਨ ਦੇ ਵਿੱਚ ਛੋੜਿਆਂ ਦੇ ਸੰਤਾਪ ਕਰਕੇ ਸਭ ਕੁਝ ਕਾਲੀ ਨਾਲ ਖਾ ਜਾਣ ਦੀ ਭਾਰੀ ਭੁੱਖ ਹੁੰਦੀ ਹੈ ਸਾਨੂੰ ਮਿਲਣ ਗਿਲਣ ਵਾਲੇ ਸਾਡਾ ਧਿਆਨ ਰੱਖਦੇ ਹਨ ਬਿਨ ਬੁਲਾਏ ਮਦਦ ਲਈ ਬੌਣਦੇ ਹਨ ਅਸੀਂ ਵੀ ਅਨੇਕਾਂ ਭੜੇ ਕੰਮ ਇਸ ਲਈ ਨਹੀਂ ਕਰਦੇ ਕਿ ਸਾਡੇ ਮਿਲਣ ਗਿਲਣ ਵਾਲਿਆਂ ਨੂੰ ਚੰਗੇ ਨਹੀਂ ਲੱਗਣਗੇ ਅਸੀਂ ਆਪਣੇ ਆਪ ਨੂੰ ਕਿੰਨਾ ਵੀ ਵਿਸ਼ੇਸ਼ ਜਾਂ ਔਖਾ ਸਮਝ ਲਈਏ ਪਰ ਸੱਚ ਹੈ ਕਿ ਅਸੀਂ ਦੂਜਿਆਂ ਵਰਗੇ ਹੀ ਹੁੰਨੇ ਆ ਸੋ ਸਬੰਧ ਤਾਂ ਹੀ ਵਿਕਸਦੇ ਹਨ ਜੇ ਬਰਾਬਰੀ ਸਤਕਾਰ ਤੇ ਮਾਫ ਕਰਨ ਦੀ ਭਾਵਨਾ ਤੇ ਉਸਰੇ ਹੋਣ ਉੱਚੇ ਚ ਵਾਲੇ ਰਿਸ਼ਤੇ ਤੇ ਅਸਾਂਵੇਂ ਰਿਸ਼ਤੇ ਨਿਗ ਨਹੀਂ ਦਿੰਦੇ ਬੋਝ ਬਣ ਜਾਂਦੇ ਆ ਆਪਣੇ ਸ਼ਹਿਰ ਜਾਂ ਆਪਣੇ ਕਾਰਜ ਖੇਤਰ ਵਿੱਚੋਂ ਬਾਹਰ ਨਿਕਲ ਕੇ ਅਸੀਂ ਸਾਰੇ ਇੱਕੋ ਜਿਹੇ ਹੋ ਜਾਂਦੇ ਹਾਂ ਧਾਰਮਿਕ ਸਥਾਨ ਤੇ ਅਸੀਂ ਸਾਰਿਆਂ ਨੂੰ ਆਪਣੇ ਵਰਗਾ ਸਮਝ ਕੇ ਹੀ ਮਿਲਦੇ ਹਾਂ ਇੱਥੇ ਸਾਨੂੰ ਝੋਕਣ ਚੌਕ ਨਹੀਂ ਹੁੰਦੀ ਇਸੇ ਕਿਸੇ ਦੇ ਮਿਲ ਪੈਣ ਤੇ ਖੁਸ਼ੀ ਹੁੰਦੀ ਹੈ ਧਾਰਮਿਕ ਸਥਾਨ ਬਰਾਬਰੀ ਦੇ ਆਧਾਰ ਤੇ ਮਿਲਣ ਦੇ ਪੱਖ ਤੋਂ ਹੀ ਮਹੱਤਵਪੂਰਨ ਹੁੰਦੇ ਹਨ ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਸਾਡਾ ਪਿਆਰ ਸਾਡੀ ਸੋਚ ਕਲਪਨਾ ਤੇ ਹਿਰਦੇ ਨੂੰ ਇੰਨਾ ਵਿਸ਼ਾਲ ਕਰ ਦਿੰਦਾ ਹੈ ਕਿ ਉੱਥੇ ਹਰ ਕਿਸੇ ਲਈ ਖੁੱਲੀ ਥਾਂ ਪੈਦਾ ਹੋ ਜਾਂਦੀ ਹੈ ਤੇ ਸਾਡੇ ਦਿਲ ਵਿੱਚ ਗਲੀਚੇ ਤੇ ਦਰਿਆ ਵਿੱਚ ਜਾਂਦੀਆਂ ਕਿਸੇ ਨੂੰ ਕਿਸੇ ਵੇਲੇ ਪਿਆਰ ਕੀਤਾ ਹੋਵੇ ਜਿਸ ਕਿਸੇ ਨਾਲ ਕਿਸੇ ਵੇਲੇ ਦੋਸਤੀ ਰਹੀ ਹੋਵੇ ਉਹ ਸਾਡੀ ਜ਼ਿੰਦਗੀ ਦੀ ਕਿਤਾਬ 'ਚ ਇੱਕ ਕਾਂਡ ਬਣ ਜਾਂਦਾ ਹੈ ਕਿਉਂਕਿ ਉਹਨੇ ਸਾਡੇ ਆਮ ਸਧਾਰਨ ਦਿਨਾਂ ਵਿੱਚ ਤਿਉਹਾਰਾਂ ਵਾਂਗ ਰੌਣਕ ਭਰੀ ਹੁੰਦੀ ਹੈ ਉਸ ਪ੍ਰਤੀ ਵਿਛੜਣਾ ਵਿਛੜਨ ਉਪਰੰਤ ਵੀ ਸਤਕਾਰ ਦੀ ਭਾਵਨਾ ਬਣੀ ਰਹਿਣੀ ਚਾਹੀਦੀ ਹੈ ਕਿਉਂਕਿ ਕਿਸੇ ਵੇਲੇ ਤਾਂ ਉਹ ਸਾਡਾ ਪਿਆਰਾ ਦੋਸਤ ਸੀ ਨਿਰਸੰਦੇਹ ਕਈਆਂ ਦੇ ਵਿਛੜਣ ਨਾਲ ਜ਼ਿੰਦਗੀ ਦੀ ਰੌਣਕ ਹੀ ਗੁਆਚ ਜਾਂਦੀ ਹੈ ਪਰ ਕਬਰਾਂ ਤੋਂ ਦੀਵੇ ਲਿਆ ਕੇ ਘਰਾਂ 'ਚ ਰੌਸ਼ਨੀ ਨਹੀਂ ਕੀਤੀ ਜਾ ਸਕਦੀ ਲੋੜ ਆਸਵੰਦ ਹੋਣ ਤੇ ਸ਼ਕਤੀਸ਼ਾਲੀ ਬਣਨ ਦੀ ਹੈ ਕੁਝ ਵੀ ਪਹਿਲੀ ਵਾਰ ਯਾ ਕੇਵਲ ਸਾਡੇ ਨਾਲ ਹੀ ਨਹੀਂ ਵਾਪਰਦਾ ਸ਼ਕਤੀਸ਼ਾਲੀ ਵਿਅਕਤੀ ਸ਼ਿਕਾਇਤਾਂ ਤੋਂ ਬਿਨਾ ਦੁੱਖ ਬਰਦਾਸ਼ਤ ਕਰਨ ਦੀ ਹਿੰਮਤ ਜਟਾਉਂਦੇ ਹਨ ਜਦਕਿ ਕਮਜ਼ੋਰ ਵਿਅਕਤੀ ਬਿਨਾ ਕਿਸੇ ਦੁੱਖ ਦੇ ਸ਼ਿਕਾਇਤਾਂ ਕਰੀ ਜਾਂਦੇ ਹਨ ਸਿਆਣੇ ਡੂੰਘੇ ਤੇ ਗੰਭੀਰ ਵਿਅਕਤੀਆਂ ਲਈ ਦੁੱਖ ਸਹਿਣੇ ਸਹਿਜ ਅਨੁਭਵ ਹੁੰਦਾ ਹੈ ਜਿਵੇਂ ਬੱਦਲਾਂ ਵਾਲੀ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਕਿ ਚੰਨ ਬੱਦਲਾਂ ਨਾਲ ਖੇਡ ਰਿਹਾ ਹੈ ਜਾਂ ਬੱਦਲ ਚੰਨ ਨਾਲ ਖੇਡ ਰਹੇ ਹਨ ਇਵੇਂ ਜੀਵਨ 'ਚ ਹਰੇਕ ਵਿਅਕਤੀ ਦੇ ਜੀਵਨ 'ਚ ਮਿਲਣ ਵਿਛੜਨ ਦਾ ਇੱਕ سلسلہ ਚੱਲਦਾ ਹੈ ਹਰ ਬੰਦੇ 'ਚ ਨਾਇਕ ਤੇ ਖਲ ਨਾਇਕ ਦੋਵੇਂ ਹਾਜ਼ਰ ਹੁੰਦੇ ਹਨ ਨੀਵੀਆਂ ਸਥਿਤੀਆਂ ਤੋਂ ਲੋਕ ਅਕਸਰ ਜਲਦੀ ਚਿੜ ਜਾਂਦੇ ਹਨ ਅਸੀਂ ਸਾਰੇ ਆਪਣੀ ਆਪਣੀ ਹਉਮੈ ਦੇ ਮਜ਼ਦੂਰ ਆ ਅਸੀਂ ਵੀ ਛਿੜ ਜਾਂਦੇ ਆ ਗੁੱਸੇ ਹੋ ਜਾਂਦੇ ਆ ਸਲੀਕੇ ਤੋਂ ਬਿਨਾ ਜ਼ਿੰਦਗੀ ਦਾ ਸੋਝ ਵਿਖਾਈ ਨਹੀਂ ਦਿੰਦਾ ਸਲੀਕੇ ਨਾਲ ਵਿਛੜਨਾ ਵੀ ਮਿਹਰਬਾਨੀ ਦੀ ਇੱਕ ਕਿਸਮ ਹੁੰਦੀ ਹੈ ਇਹ ਸਲੀਕਾ ਤੇ ਹੁਨਰ ਅਕਸਰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਵਧੇਰੇ ਹੁੰਦਾ ਹੈ ਇਹ ਕਿਸੇ ਰਿਸ਼ਤੇ ਨੂੰ ਸੁੱਟਦੀਆਂ ਨਹੀਂ ਸਾਹਮਣਯੋਗ ਨੂੰ ਸਾਂਭਦੀਆਂ ਹਨ ਤੇ ਆਪਣੇ ਮਨ ਦੀ ਪਰਛਤੀ ਚ ਟਿਕਾ ਦਿੰਦੀਆਂ ਹਨ ਕਈ ਵਾਰੀ ਇੱਕ ਸੰਖੇਪ ਜੀ ਮਿਲਣੀ ਜਾਂ ਮੁਲਾਕਾਤ ਨਿੱਗੀ ਤੇ ਰਜਵੀ ਦੋਸਤੀ ਦੇ ਬੂਹੇ ਖੋਲ ਦਿੰਦੀ ਹੈ ਵੇਖਿਆ ਗਿਆ ਕਿ ਜੇ ਮੁੱਖ ਗੱਲਾਂ ਤੇ ਸਹਿਮਤੀ ਹੋਵੇ ਤਾਂ ਵੇਰਵਿਆਂ ਦੇ ਵਖਰੇਵਿਆਂ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ। ਅੱਜ ਨਬੀਆਂ ਨੂੰ ਮਿਲਣ ਦੇ ਸਾਡੇ ਢੰਗ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੰਸਾਰ ਦੇ ਵਸਨੀਕ ਹਾਂ ਜਾਂ ਇੱਕ ਦੇਸ਼ ਜਾਂ ਪ੍ਰਾਂਤ ਦੇ ਜਾਂ ਇੱਕ ਪਿੰਡ ਦੇ। ਪਿੰਡ 'ਚ ਰਹਿ ਕੇ ਵੀ ਸੰਸਾਰ ਦੇ ਸੰਦਰਭ 'ਚ ਸੋਚਿਆ ਜਾ ਸਕਦਾ ਹੈ ਤੇ ਮਹਾਨਗਰ ਵਿੱਚ ਵੀ ਬੰਦ ਦਿਮਾਗਾਂ ਵਾਲੇ ਬੜੇ ਬੰਦੇ ਮਿਲ ਜਾਂਦੇ ਹਨ। ਹੁਨਰ, ਸਲੀਕਾ, ਸੂਝ ਤੇ ਸਿਆਣਪ ਇਹ ਸਾਰੇ ਗੁਣ ਮਿਹਨਤ ਕਰਕੇ ਤੇ ਵਕਤ ਪਾ ਕੇ ਉੱਸਰਦੇ ਹਨ। ਬ੍ਰਹਿਮੰਡ ਵਿੱਚ ਕੁਝ ਵੀ ਨਿਖੜਿਆ ਵਿਛੜਿਆ ਹੋਇਆ ਨਹੀਂ। ਸਭ ਕੁਝ ਸਭ ਕੁਝ ਨਾਲ ਜੁੜਿਆ ਹੋਇਆ ਹੈ। ਸੋ ਜੀਵਨ ਜਿਉਣ ਵਾਸਤੇ ਹਰ ਕਿਸੇ ਨੂੰ ਹਰ ਕਿਸੇ ਦੀ ਲੋੜ ਹੁੰਦੀ ਹੈ। ਦੂਜਿਆਂ ਨੂੰ ਸਤਕਾਰ ਨਾਲ ਮਿਲਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ। ਅਜ ਨਬੀਆਂ ਨੂੰ ਧੀਰਜ ਨਾਲ ਸੁਣਨਾ ਸਭ ਇੱਕ ਸਾਉ ਤੇ ਸੋਹਣੇ ਵਿਅਕਤੀਆਂ ਦੀ ਆਦਤ ਹੁੰਦੀ ਹੈ। ਜਿਹੜੇ ਦੂਜਿਆਂ ਬਾਰੇ ਫਤਵੇ ਦੇਣ ਤੇ ਆਪਣੇ ਮੂੰਹ ਫੱਟ ਹੋਣ ਦਾ ਮਾਣ ਕਰਦੇ ਹਨ ਜੇ ਉਹ ਥੋੜਾ ਜਿਹਾ ਵੀ ਸੋਚ ਕੇ ਬੋਲਣ ਤਾਂ ਸਿਆਣੀਆਂ ਗੱਲਾਂ ਵੀ ਕਰ ਸਕਦੇ ਹਨ ਤੇ ਖੁਸ਼ਹਾਲ ਵੀ ਹੋ ਸਕਦੇ ਹਨ ਮੇਲ ਮਿਲਾਪ ਦੇ ਪੱਖੋਂ ਅਸੰਤੁਸ਼ਟ ਵਿਅਕਤੀ ਕੋਲ ਨਿੰਦਾ ਹੀ ਨਿੰਦਾ ਹੁੰਦੀ ਹੈ ਤੇ ਜਿਨ੍ਹਾਂ ਕੋਲ ਰਿਸ਼ਤਿਆਂ ਦਾ ਰੱਜ ਹੁੰਦਾ ਹੈ ਪ੍ਰਸ਼ੰਸਾ ਹੀ ਕਰ ਸਕਦੇ ਹੈ ਆਸ਼ਾਵਾਦੀ ਜਾਂ ਆਪਣੇ ਕੰਮ ਵਿੱਚ નિਪੁੰਨ ਤੇ ਆਪਣੇ ਖੇਤਰ ਦੇ ਮਾਹਰ ਤੇ ਪੁਸਤਕਾਂ ਪੜਨ ਦੇ ਸ਼ੌਕੀਨ ਵਿਅਕਤੀਆਂ ਵਿੱਚ ਦੂਜਿਆਂ ਦੇ ਸੰਪਰਕ ਵਿੱਚ ਆਉਣ ਦੀ ਸੁਭਾਵਕ ਸਮਰੱਥਾ ਤੇ ਇੱਛਾ ਹੁੰਦੀ ਹੈ। ਉਹ ਹਰ ਕਿਸੇ ਨੂੰ ਸੌਖ ਨਾਲ ਮਿਲਦੇ ਹਨ। ਮੇਲ-ਮਿਲਾਪ ਨਾਲ ਜੀਵਨ ਦੀ ਤਸੱਲੀ ਬੰਦੀ ਹੈ। ਮੁਸੀਬਤਾਂ ਸਹਿਣ ਦੀ ਹਿੰਮਤ ਜਾਗਦੀ ਹੈ। ਸਾਡਾ ਜੀਵਨ ਪੱਧਰ ਸੁਧਰਦਾ ਹੈ। ਅਸੀਂ ਅੰਦਰੋਂ ਸੁਖਾਲੇ ਤੇ ਭਰੇ ਹੋਏ ਮਹਿਸੂਸ ਕਰਦੇ ਹਾਂ। ਭੋਜਨ ਤੇ ਕੱਪੜੇ ਜ਼ਿੰਦਗੀ ਦੀਆਂ ਲੋੜਾਂ ਨਹੀਂ ਚੰਗੇ ਲੋਕਾਂ ਨਾਲ ਸੰਪਰਕ 'ਚ ਰਹਿਣਾ ਵੀ ਜ਼ਿੰਦਗੀ ਦੀ ਅਸੀਸ ਹੁੰਦੀ ਹੈ ਮਿਲਣਾ ਜ਼ਿੰਦਗੀ ਦੀ ਸ਼ਾਬਾਸ਼ ਹੈ ਵਿਛੋੜਾ ਜ਼ਿੰਦਗੀ ਦਾ ਯਥਾਰਤ ਹੈ ਪਰ ਵਿਛੜਨ ਵਿੱਚ ਵੀ ਸਲੀਕਾ ਹੋਣਾ ਚਾਹੀਦਾ ਹੈ ਤੁਹਾਨੂੰ